ਹਾਂਜੀ ਸਟੂਡੈਂਟਸ ਅੱਜ ਆਪਾਂ ਕਰਾਂਗੇ ਅਗਲਾ ਪੱਤਰ ਆਪਣੇ ਨੇੜੇ ਦੇ ਪਿੰਡ ਵਿੱਚ ਸਾਦਾ ਅਤੇ ਦਰਸ਼ਟੰਗ ਨਾਲ ਹੋਈ ਵਿਆਹ ਦੀ ਰਿਪੋਰਟ ਰਜਾਨਾ ਲੋਕ ਲਹਿਰ ਦੇ ਸੰਪਾਦਕ ਨੂੰ ਲਿਖੋ ਜ્યાં ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਇੱਕ ਸਾਦਾ ਅਤੇ ਘੱਟ ਖਰਚੇ ਵਾਲਾ ਵਿਆਹ ਹੋਇਆ ਹੈ ਤੁਸੀਂ ਇਸ ਘਟਨਾ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਇਸ ਮੰਤਵ ਲਈ ਕਿਸੇ ਅਖਬਾਰ ਦੇ ਸੰਪਾਦਕ ਦੇ ਨਾਂ ਇਸ ਘਟਨਾ ਦੀ ਰਿਪੋਰਟ ਲਿਖਣੀ ਹੈ ਤਾਂ ਇੱਥੇ ਆਪਦਾ ਐਡਰੈਸ ਪਾ ਦੇਣਾ ਫਿਰ ਆਪਾਂ ਕਿਹਨੂੰ ਲਿਖ ਰਹੇ ਹਾਂ ਸੇਵਾ ਵਿਖੇ ਸੰਪਾਦਕ ਸਾਹਿਬ ਨੂੰ ਰਜਾਨਾ ਲੋਕ ਲਹਿਰ ਜਲੰਧਰ ਫਿਰ ਵਿਸ਼ਾ ਕੀ ਹੈ ਇਹਦੇ ਵਿੱਚ ਵਿਸ਼ਾ ਹੈਗਾ ਇੱਕ ਸਾਦਾ ਪਰ ਅਦਰਸ਼ ਰੰਗ ਨਾਲ ਹੋਏ ਵਿਆਹ ਬਾਰੇ ਸ਼੍ਰੀਮਾਨ ਜੀ ਹਾਂਜੀ ਸਟੂਡੈਂਟਸ ਜਿ ਅੱਜਕੱਲ ਦੇਖੀਏ ਮਹਿੰਗਾਈ ਬਹੁਤ ਵੱਧ ਗਈ ਆ ਜਿਹਦੇ ਕਰਕੇ ਸਾਡਾ ਪੜ੍ਹਿਆ ਲਿਖਿਆ ਵਰਗਾ ਕਾਫੀ ਹੱਦ ਤੱਕ ਸचेਤ ਹੋ ਗਿਆ ਤੇ ਲੋਕ ਆ ਜਿਹੜੇ ਵਿਆਹ ਉਹ ਸਾਦੇ ਢੰਗ ਨਾਲ ਕਰਨ ਲੱਗ ਗਿਆ ਕਿਉਂਕਿ ਹੁਣ ਜੇ ਵਿਆਹਾਂ ਦੇ ਉੱਤੇ ਬਿਤੋਂ ਵੱਧ ਖਰਚਾ ਕੀਤਾ ਜਾਂਦਾ ਤਾਂ ਲੋਕ ਕਰਜ਼ੇ ਦੇ ਵਿੱਚ ਡੁੱਬ ਜਾਂਦੇ ਤੇ ساری ਉਮਰ ਕਰਜ਼ਾ ਨਹੀਂ ਲੈਂਦਾ ਇਹ ਸੋਚ ਨੂੰ ਦੇਖਦੇ ਹੋਏ ਲੋਕ ਕਾਫੀ ਹੱਦ ਤੱਕ ਸਾਦੇ ਢੰਗ ਦੇ ਨਾਲ ਵਿਆਹ ਕਰ ਰਹੇ ਨੇ ਇਹਦੇ ਬਾਰੇ ਪੱਤਰ ਲਿਖਣਾ ਜੇ ਤੁਸੀਂ ਇਸ ਤਰ੍ਹਾਂ ਦੀ ਕੋਈ ਘਟਨਾ ਸੁਣੀ ਆ ਉਹ ਲਿਖ ਦੋ ਉਹ ਬਹੁਤ ਵਧੀਆ ਹੋਊਗੀ ਤਾਂ ਇਹ ਤੁਹਾਡੀ ਬੁੱਕ ਦੇ ਵਿੱਚ ਵੀ ਇਸੇ ਤਰ੍ਹਾਂ ਇੱਕ ਆਦਰਸ਼ ਵਿਆਹ ਬਾਰੇ ਲਿਖਿਆ ਗਿਆ ਤੇ ਜਿਵੇਂ ਕੋਈ ਵੀ ਇੱਥੇ ਪਿੰਡ ਦਾ ਨਾਮ ਪਾਤਾ ਤੁਸੀਂ ਠੀਕ ਆ ਵੀ ਉਥੋਂ ਦੀ ਘਟਨਾ ਬਿਆਨ ਕਰਦੀਆਂ ਵੀ ਪਿਛਲੇ ਦਿਨੀ ਇੱਕ ਸਾਦਾ ਤੇ ਆਦਰਸ਼ ਵਿਆਹ ਹੋਇਆ ਸਾਡੇ ਇਲਾਕੇ ਦੇ ਵਿੱਚ ਵੀ ਉਹਦੀ ਬਹੁਤ ਚਰਚਾ ਤੇ ਉਹ ਘੱਟ ਖਰਚੇ ਵਾਲਾ ਵਿਆਹ ਤੇ ਇਹ ਇਹਦੇ ਵਿੱਚ ਹੈਗਾ ਜਿਵੇਂ ਇਸ ਵਿਆਹ ਨੂੰ ਅਜਿਹੇ ਰੂਪ ਦੇਣ ਦੇ ਵਿੱਚ ਕਿਦਾਂ ਹੱਥ ਸੀ ਬਹੁਤਾਂ ਵਿਆਹ ਬਿਆਨਦੜ ਮੁੰਡੇ ਤੇ ਕੁੜੀ ਦਾ ਕਿਉਂਕਿ ਉਹ ਪੜ੍ਹੇ ਲਿਖੇ ਸੀ ਨਵੀਂ ਸੋਚ ਦੇ ਧਾਰਨੀ ਸੀ ਤੇ ਉਹਨਾਂ ਨੇ ਤੈਅ ਕਰ ਲਿਆ ਵੀ ਵਿਆਹ ਦੇ ਵਿਆਹ ਦੇ ਉੱਤੇ ਕੋਈ ਖਰਚਾ ਨਹੀਂ ਕੀਤਾ ਜਾਊਗਾ ਤੇ ਮਾਤਾ ਪਿਤਾ ਵੀ ਮੰਨ ਜਾਂਦੇ ਆ ਕਿਉਂਕਿ ਮੁੰਡਾ ਤੇ ਕੁੜੀ ਦੋਨੇ ਪੜ੍ਹੇ ਲਿਖੇ ਸਨ ਤੇ ਉਹਨਾਂ ਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਲੜਕੇ ਲੜਕੀ ਨੇ ਇੱਕ ਦੂਜੇ ਨੂੰ ਪਸੰਦ ਕਰ ਲਿਆ ਜਦੋਂ ਉਹਨਾਂ ਦੇ ਮਾਤਾ ਪਿਤਾ ਵਿਆਹ ਪੱਕਾ ਕਰਨ ਦੀ ਗੱਲ ਬਾਤ ਕਰਨ ਲੱਗੇ ਤਾਂ ਲੜਕੇ ਨੇ ਸਪਸ਼ਟ ਕਹਿ ਦਿੱਤਾ ਕਿ ਉਹ ਵਿਆਹ ਬਿਲਕੁਲ ਸਾਦਾ ਕਰਨਾ ਚਾਹੁੰਦਾ ਹੈ ਤੇ ਦਾਜ ਵਿਖਾਵਿਆਂ ਸਜਾਵਟਾਂ ਤੇ ਹੋਰ ਆਸਮਾ ਉੱਪਰ ਖਰਚ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਲੜਕੀ ਨੇ ਵੀ ਉਹਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ ਦੋਹਾਂ ਦੇ ਮਾਪੇ ਸਮਝਦਾਰ ਸਨ ਦੋਹਾਂ ਦੀ ਤਜ਼ਵੀਜ਼ ਅਨਸਾਰ ਵਿਆਹ ਨੂੰ ਸਾਦਾ ਅਤੇ ਆਦਰਸ਼ ਰੰਗ ਨਾਲ ਕਰਨ ਦਾ ਉਹਨਾਂ ਨੇ ਫੈਸਲਾ ਕਰ ਲਿਆ ਬਸ ਐਸੇ ਫੈਸਲੇ ਦੇ ਅਨਸਾਰ ਪਿਛਲੇ ਅੰਤਵਾਰੀ ਵਿਆਹ ਹੋਇਆ ਜੰਜ ਵਿੱਚ ਕੁੱਲ 5 ਆਦਮੀ ਸ਼ਾਮਲ ਸਨ ਲੜਕਾ ਉਹਦਾ ਪਿਤਾ ਭਰਾ ਤੇ ਇੱਕ ਭੈਣ ਉਹ ਆਪਣੀ ਇੱਕ ਕਾਰ ਵਿੱਚ ਆਮ ਪਰੌਣਿਆਂ ਵਾਂਗ ਆਏ ਕੇਵਲ ਵਿਆਹ ਦੇ ਕਾਲ ਦੇ ਵਿੱਚ ਹਾਰ ਸੀ ਕੋਈ ਵਾਜੇਗਾ ਜਿਹਦਾ ਰੋਲਾ ਨਹੀਂ ਸੀ ਨਾ ਹੀ ਲੜਕੀ ਵਾਲਿਆਂ ਦੇ ਘਰ ਕੋਈ ਸਜਾਵਟ ਸੀ ਕੋਈ ਲਾਊਡ ਸਪੀਕਰ ਲੜਕੀ ਵਾਲਿਆਂ ਨੇ ਜੰਜ ਨੂੰ ਗਵੰਡੀਆਂ ਦੇ ਘਰ ਇੱਕ ਬੈਠਕ ਦੇ ਵਿੱਚ ਉਤਾਰ ਦਿੱਤਾ ਉੱਥੇ ਬਿਠਾ ਦਿੱਤੇ ਸਾਦਾ ਚਾਹ ਪਾਣੀ ਉਹਨਾਂ ਨੂੰ ਪਿਆਇਆ ਗਿਆ ਤੇ ਬਾਅਦ ਦੇ ਵਿੱਚ ਘਰ ਦੇ ਖੁੱਲੇ ਵਿਹੜੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਨਮੁਖ ਆਨੰਦ ਕਾਰਜ ਦੀ ਰਸਮ ਹੋਈ। ਲਾਮਾ ਜਦੋਂ ਹੋਈਆਂ ਤਾਂ ਲੜਕੀ ਬਹੁਤਿਆਂ ਕੱਪੜਿਆਂ ਦੇ ਵਿੱਚ ਨੀ ਸੇਪੇਟੀ ਹੋਈ ਨਾ ਉਹਦੇ ਖੁੰਡ ਕੱਢਿਆ ਹੋਇਆ ਸੀ। ਆਨੰਦ ਕਾਰਜ ਮਗਰੋਂ ਇੱਕ ਵਿਅਕਤੀ ਨੇ ਉੱਠ ਕੇ ਸੰਸਾਰ ਦੇ ਵਿੱਚ ਵਿਵਹਤਾ ਜੀਵਨ ਦੀ ਮਹਾਨਤਾ ਨੂੰ ਦੱਸਦਿਆਂ ਨਵੀਂ ਵਿਆਹੀ ਜਿਹੜੀ ਜੋੜੀ ਸੀ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਤੇ ਇਸ ਸਮੇਂ ਕੋਈ ਸੇਹਰਾ ਜਾਂ ਸਿੱਖਿਆ ਨਾ ਪੜੀ ਗਈ। आनंद ਕਾਰਜ ਮਗਰੋਂ ਲੜਕੀ ਵਾਲਿਆਂ ਨੇ ਜਾਂਝੀਆਂ ਨੂੰ ਆਪਣੇ ਬੈਠਕ ਵਿੱਚ ਬਿਠਾਇਆ ਤੇ ਫਿਰ ਨਵੀਂ ਵਿਆਹੀ ਜੋੜੀ ਸਮੇਤ ਦੋਹਾਂ ਪਰਿਵਾਰਾਂ ਨੇ ਮਿਲ ਕੇ ਦੁਪਹਿਰ ਦਾ ਖਾਣਾ ਖਾਧਾ ਲੜਕੀ ਵਾਲਿਆਂ ਦੇ ਘਰ ਵੀ ਮੇਲ ਦੀ ਬਹੁਤੀ ਭੀੜ ਨਹੀਂ ਸੀ ਖਾਣੇ ਤੋਂ ਅੱਧਾ ਘੰਟਾ ਪਿੱਛੋਂ ਲੜਕੀ ਵਾਲਿਆਂ ਨੇ ਭਿੱਜੀਆਂ ਅੱਖਾਂ ਨਾਲ ਲੜਕੀ ਨੂੰ ਤੋੜ ਦਿੱਤਾ ਕੋਈ ਮਨਮਨੁਕਤੀਆਂ ਨਾ ਹੋਈਆਂ ਨਾ ਕੋਈ ਦਾਜ ਦਿੱਤਾ ਗਿਆ ਨਾ ਸ਼ਰਾਬ ਉੱਡੀ ਨਾ ਪੰਗੜੇ ਪਾਏ ਗਏ ਨਾ ਹੀ ਲਾਊਡ ਸਪੀਕਰ ਨੇ ਕੰਨ ਖਾਤੇ ਤੇ ਵਿਆਹ ਦਾ ਕੰਮ ਵੀ ਹੋਇ ਤਨਕ ਘੰਟਿਆਂ ਦੇ ਵਿੱਚ ਸਮਾਪਤ ਹੋ ਗਿਆ ਇਸ ਪ੍ਰਕਾਰ ਦਾਜ ਦੇ ਰੇਜ ਦੇ ਫਿਯੂਲ ਖਰਚੇ ਤੋਂ ਬਿਨਾਰਾ ਸਮਾਨ ਨੂੰ ਤੋੜ ਕੇ ਘੱਟ ਸਮੇਂ ਤੇ ਘੱਟ ਖਰਚ ਨਾਲ ਹੋਇ ਇਸ ਵਿਆਹ ਦੀ ਸਾਡੇ ਇਲਾਕੇ ਦੇ ਵਿੱਚ ਬੜੀ ਚਰਚਾ ਹੈ ਇਸ ਵਿਆਹ ਨੂੰ ਅਸੀਂ ਇੱਕ ਆਦਰਸ਼ ਵਿਆਹ ਕਹਿ ਸਕਦੇ ਹਾਂ ਅਜਿਹੇ ਵਿਆਹਾਂ ਦੀ ਸਾਡੇ ਵਰਤਮਾਨ ਸਮਾਜ ਵਿੱਚ ਬਹੁਤ ਮਹਾਨਤਾ ਹੈ ਪੜ੍ਹੇ ਲਿਖੇ ਸਮਾਜ ਨੂੰ ਦਾਜ ਪ੍ਰਥਾ ਤੇ ਉਸ ਦੀਆਂ ਬਰਾਈਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸਪਾਤਰ ਜਾਂ ਆਪ ਜੀ ਦੇ ਵਿਸ਼ਵਾਸਪਾਤਰ ओके ਜਿਵੇਂ ਤੁਹਾਡੀ ਬੁੱਕ ਦੇ ਵਿੱਚ ਲਿਖਿਆ ਹੋਇਆ ਇਸ ਟੰਗ ਨਾਲ ਵੀ ਨਹੀਂ ਤੁਸੀਂ ਆਪ ਕੋਈ ਵਿਆਹ ਸਾਦਾ ਦੇਖਿਆ ਉਸ ਟੰਗ ਦੇ ਨਾਲ ਇਹਨੂੰ ਲਿਖਣਾ ਕਾਪੀ ਦੇ ਉੱਤੇ ਆਪਦੀ ਫੇਰ ਨੋਟਬੁੱਕ ਤੇ ਉਤਾਰ ਲੈਣਾ ਤੇ ਯਾਦ ਕਰਨਾ ਓਕੇ ਥੈਂਕ ਯੂ ਸਟੂਡੈਂਟਸ